नक्शे आ रहे, ये कर दो नक्शे। ਤੇ ਤੁਸੀਂ ਕਿਰਾਏ ਤੇ ਦਿੱਤਾ ਹੋਇਆ ਸੀ ਕਿ ਵੈਸੇ ਹੀ ਦਿੱਤਾ ਜੀ? ਨਹੀਂ ਫ੍ਰੀ, ਇਹ ਫ੍ਰੀ, ਕੋਈ ਕਿਰਾਇਆ ਨਹੀਂ, ਇਹਨਾਂ ਨੇ ਕਿਰਾਇਆ ਦੇਣਾ ਹੀ ਨਹੀਂ, ਇਹਨਾਂ ਨੇ ਕਿਹਾ ਤਾਂ ਇਹਨਾਂ ਦੇ ਉਹ ਗੁਪਤਾ ਜੀ ਸੀ, ਕਹਿੰਦੇ ਅਸੀਂ ਕਿਰਾਇਆ ਨਹੀਂ ਦੇ ਸਕਦੇ, ਫ੍ਰੀ ਫ੍ਰੀ ਦਿਓ ਸਾਨੂੰ। ਗੁਪਤਾ ਜੀ ਕੌਣ ਸੀ ਜੀ ਉਹਨਾਂ ਜੀ? ਗੁਪਤਾ ਜੀ ਇਹਨਾਂ ਦੇ ਮੰਨੇ ਮੈਨੇਜਰ ਹੈਗੇ। ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਕੀ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਸੋਨਾ ਰਾਮ ਚੌਧਰੀ। ਤੇ ਕਿੱਥੇ ਰਹਿੰਦੇ ਹੋ ਜੀ? ਮੈਂ ਤਾਂ ਮੇਰੇ ਨਾਲ 50 ਸਾਲ ਤੋਂ ਫਿਲਮਾਂ 'ਚ ਕੰਮ ਕਰਨਾ, ਬਿਆਨ ਚੋਪੜਾ। ਅੱਛਾ ਅੱਛਾ। ਅਮਿਤਾਭ ਬੱਚਨ ਸਾਰਿਆਂ ਨੇ ਕੰਮ ਕੀਤਾ, ਥੋੜ੍ਹੀ ਜਿਹੀ ਰਿਹਾ, ਮੈਨੂੰ 8 ਅਵਾਰਡ ਮਿਲੇ ਫਿਲਮ ਲੈਣੇ 4ਵੇਂ। ਮੈਂ ਕੰਮ ਛੱਡ ਕੇ ਆਇਆ, ਲੋਕਾਂ ਨੂੰ ਲਗਾ ਕੇ ਆਇਆ, ਮੈਂ ਆਪਣਾ ਕੰਮ ਪਿੱਛੇ, ਮੈਂ ਘਰ ਪਿੱਛੇ, ਮੈਂ ਵੀ ਕਹਿ ਤਾਲੇ ਨਾ ਤੋੜੀ, ਉਹਨੇ ਤਾਲੇ ਤੋੜਤੇ। ਦੀਪ ਕਿੰਨੇ ਤੋੜੇ, ਕਿੰਨੇ ਤਾਲੇ? ਮੋਚ ਦੇ ਤੋੜੇ ਤਾਲੇ। ਅੱਜ ਆ ਕੇ ਕੀ ਮਿਲਿਆ ਇੱਥੇ? ਕੀ ਜਾ ਕੇ? ਕੁਛ ਵੀ ਨਹੀਂ ਮਿਲਿਆ, ਸਭ ਘਰ ਲਈ ਮੈਂ ਤੁਹਾਨੂੰ ਤੁਸੀਂ ਦੇਖ ਲਿਆ, ਸਾਰਾ ਦੇਖ ਲਓ, ਦੋਨੋਂ ਕਮਰੇ ਸਮਾਨ ਆ ਵੇੜਾ ਵੀ। ਸਮਾਨ ਕੀ ਕੀ ਸੀ ਚੋਰੀ ਹੋਇਆ? ਚੰਦਰਾ ਨਹੀਂ ਹੈਗੇ, ਸੋਨਾ ਮੇਨ ਸੋਨਾ ਸੀ ਮੇਰੀ ਮਾਂ ਦਾ, ਉਹ ਮੇਰੀ ਭੈਣ ਨੂੰ ਪਤਾ, ਮੇਰੀ ਭੈਣ ਆ ਗਈ ਵੀ ਨਾ, ਉਹਨੇ ਮੈਨੂੰ ਰੱਖ ਕੇ ਦਿੱਤਾ ਸੀ ਕਿ ਤੂੰ ਇੱਥੇ ਭੈਣਾਂ ਨੂੰ ਵੰਡ ਦੇ, ਮੈਂ ਆ ਕੇ ਹੁਣ ਵੰਡਣਾ ਸੀ, ਅਤੇ ਇਹਨਾਂ ਨੇ ਮੇਰਾ ਸੋਨਾ ਗਾਇਬ ਕਰਤਾ, ਪਤਾ ਨਹੀਂ ਕੌਣ ਲੈ ਗਿਆ, ਮੈਨੂੰ ਪਤਾ ਨਹੀਂ ਕਿ ਦੀਪ ਨੇ ਕੀਤਾ ਜਾਂ ਕਿਸੇ ਉਹਨਾਂ ਦੇ ਬੰਦੇ ਨੇ ਕੀਤਾ। ਉਹ ਮੇਰੀ ਭੈਣ ਨੇ ਇੱਥੇ ਆਈ, ਉਹਨੇ ਵੇਖਿਆ ਕਿ ਕਮਰਾ ਭਰਿਆ ਹੋਇਆ, ਸਾਰੇ ਬੈਠੇ ਲਗਾਉਣ ਬਦਮਾਸ਼ ਬੈਠੇ ਹੋਣ, ਇਹਨਾਂ ਨੇ ਬਦਮਾਸ਼ਾਂ ਨੇ ਸ਼ਹਿਰ ਵਿੱਚ ਕਿਸੇ ਨੂੰ ਕਟਵਾ ਵੀ ਦਿੱਤਾ, ਮੈਨੂੰ ਪਤਾ ਲੱਗਿਆ ਕਿਹਨੂੰ ਕੁੱਟਿਆ ਮਾਲੂਮ ਨਹੀਂ, ਬੜੇ ਇਹਨਾਂ ਨੇ ਬਦਮਾਸ਼ ਰੱਖੇ ਹੋਣੇ ਆਪਣੇ ਆਪ ਪਾਰਟੀ ਨੂੰ ਬਦਨਾਮ ਕਰਨ ਵਾਸਤੇ। ਕਿੰਨਾ ਸੋਨਾ ਸੀ ਜੀ? 5-6 ਲੱਖ ਦਾ ਸੋਨਾ ਸੀ, ਮੇਰੀ ਮਾਂ ਦੇ ਪੁਰਾਣੇ ਜੇਵਰ ਸੀ, ਮੈਨੂੰ ਪਤਾ ਹੈ, ਮੇਰੇ ਮਾਂ ਜਦੋਂ ਰੱਖਿਆ ਤਾਂ ਮੈਨੂੰ ਵੀ ਪਤਾ, ਮੈਨੂੰ ਦਿੱਤੇ ਸੀ ਪੈਣਾ, ਮੈਂ ਕਿਹਾ ਤੂੰ ਆਪਣੇ ਕੋਲ ਰੱਖ। ਨਹੀਂ, ਜਦੋਂ ਤੁਸੀਂ ਗਏ ਸੀ ਕਿਹਨੂੰ ਸੌਂਪ ਕੇ ਗਏ ਸੀ? ਕੋਈ ਕਮਰਾ ਕੁਮਰਾ ਦੇ ਕੇ ਗਏ ਸੀ? ਮੈਂ ਇੱਕ ਕਮਰਾ ਇਹਨੂੰ ਦਿੱਤਾ ਸੀ, ਦੀਪ ਨੂੰ। ਅੱਛਾ, ਦੀਪ ਨੂੰ? ਹਾਂ, ਦੀਪ ਨੂੰ, ਆਹ ਛੋਟਾ। ਅੱਛਾ, ਮੇਰੇ ਭਰਾ ਬੱਚੂ ਦਾ। ਅਤੇ ਇਹ ਸਾਰੇ ਤਾਲੇ ਲੱਗੇ ਸੀ? ਇਹ ਸਾਰੇ ਤਾਲੇ ਲੱਗੇ, ਸਾਰੇ ਤਾਲੇ ਸੀ। ਅਤੇ ਫਿਰ ਤਾਲੇ ਕਿੰਨੇ ਤੋੜੇ ਆ ਫਿਰ? ਤਾਲੇ ਤੋੜੇ ਨੇ ਇਹਨੇ ਦੀਪ ਨੇ। ਅੱਛਾ, ਦੀਪ ਦੇ ਬੰਦਿਆਂ ਨੇ ਮਨਾ ਕੀਤਾ ਕਿ ਤਾਲੇ ਨਾ ਤੋੜ, ਕਹਿੰਦਾ ਮੈਂ ਆਪੇ ਬੰਦ ਕਰ ਲਵਾਂਗਾ। ਤੁਹਾਡੇ ਕੋਲ ਕੋਈ ਪਰਮਿਸ਼ਨ ਲਿੱਤੀ ਸੀ? ਨਹੀਂ ਲਿੱਤੀ ਸੀ ਨਾ, ਮੇਰੇ ਕੋਲ ਕੋਈ ਪਰਮਿਸ਼ਨ, ਮੈਂ ਮਨਾ ਕੀਤਾ ਕਿ ਤੂੰ ਤਾਲੇ ਨਹੀਂ ਤੋੜਨੇ, ਔਰ ਮੈਂ ਇਹਦੇ ਬਾਪ ਨੂੰ ਫੋਨ ਕੀਤਾ ਕਿ ਤਾਲੇ ਟੁੱਟ ਗਏ ਤਾਂ ਤੂੰ ਜਾ ਕੇ ਲਾ ਕਰ, ਕਹਿੰਦਾ ਮੈਂ ਵੇਖ ਲੈਣ ਤਾਲੇ ਦਾ ਲਾ ਕਰਤੇ। ਪਰ ਫਿਰ ਮੇਰੀ ਭੈਣ ਆਈ ਇੱਥੇ, ਉਹਨੇ ਮੌਕੇ 'ਤੇ ਉਹ ਮੈਨੇ ਭੈਣ ਨੂੰ ਬੁਲਾਇਆ ਵੀਨਾ ਰਾਣੀ ਨੂੰ, ਉਹ ਆਈ ਗਈ, ਉਹਨੇ ਚੈੱਕ ਕੀਤਾ, ਸਾਰੇ ਲੋਕ ਬੈਠੇ ਸੀ ਅੰਦਰ, ਉਹਦੇ ਜ਼ਰੂਰਤ ਨਹੀਂ ਪਈ ਕਿ ਮੈਂ ਕਿਸੇ ਨੂੰ ਬਾਹਰ ਕੱਢਾਂ, ਉਹਨੇ ਮੈਨੂੰ ਇਮੀਡੀਏਟ ਫੋਨ ਕੀਤਾ, ਮੈਂ ਇਮੀਡੀਏਟ ਟਿਕਟ ਬੁੱਕ ਕਰਕੇ ਇੱਥੇ ਆਇਆ। ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਤੋਂ, ਸਰਕਾਰ ਤੋਂ? ਮੈਂ ਮੰਗ ਕਰਦਾ ਕਿ ਪੰਜਾਬ ਗਵਰਨਮੈਂਟ ਇਹਨੂੰ ਡਿਸਮਿਸ ਕਰ ਦੇਵੇ, ਇਹਦੇ ਮਹਿਕਮੇ ਤੋਂ ਕੱਢ ਦੇਵੇ, ਬਸ ਮੇਰੀ ਤੇ ਇਹਦੇ ਕਿਸੇ ਬਦਮਾਸ਼ ਨੂੰ ਰੱਖਣ ਦਾ ਕੋਈ ਮਤਲਬ ਨਹੀਂ ਹੈ। ਕਿ ਜਿਹੜਾ ਤੁਸੀਂ ਇਹਨਾਂ ਦੇ ਕੀ ਲੱਗਦੇ, ਦੀਪ ਦੇ ਕੋਈ ਰਿਸ਼ਤੇਦਾਰ? ਮੈਂ ਉਹਦਾ, ਮੇਰੇ ਮਾਮੇ ਦਾ ਪੋਤਾ ਹੈਗਾ ਹੈ, ਮੈਂ ਉਹ ਰਿਸ਼ਤੇਦਾਰੀ ਪਿੱਛੇ ਦਿੱਤਾ ਸੀ, ਇਹ ਨਹੀਂ ਕਿ ਮੈਨੂੰ ਉਹਨੇ ਧਮਕੀ ਦੇ ਦਿੱਤੀ ਕਿ ਮੈਂ ਤੈਨੂੰ ਦੇਖ ਲਵਾਂਗਾ ਮੇਰੀ ਸਰਕਾਰ ਬਣ ਗਈ ਇਹ ਕਰਕੇ ਉਹ ਕਰਕੇ। ਅੱਛਾ ਅੱਛਾ, ਧਮਕੀਆਂ ਵੀ ਦਿੰਦਾ ਸੀ ਤੁਹਾਨੂੰ? ਮੈਨੂੰ ਧਮਕੀ 1 ਅਪ੍ਰੈਲ ਨੂੰ ਦਿੱਤੀ ਸਵੇਰੇ, ਉਹਨੇ ਬਾਪ ਦੇ ਫੋਨ 'ਤੇ, ਸ਼ਾਮੇ ਦਾ ਫੋਨ ਸੀ, ਉਹਨੇ ਆਪਣਾ ਫੋਨ ਲਾਗ ਕਰਤਾ, ਉਹਦਾ ਨੰਬਰ ਵੀ ਤੁਸੀਂ ਡਾਲ ਕਰਕੇ ਰੱਖੋ, ਉਹਦਾ ਨੰਬਰ ਨਹੀਂ ਲੱਗਦਾ। ਇਹ ਰਜਿਸਟਰੀ ਤੁਹਾਡੇ ਨਾਮ ਹੀ ਹੈ? ਇਹ ਰਜਿਸਟਰੀ ਮੇਰੇ ਨਾਮ ਹੈ, ਮੇਰੇ ਪੇਪਰ ਹੈਗੇ ਨੇ, ਮੈਂ ਟੈਕਸ ਭਰਨਾ, ਮੇਰੇ ਨਾਮ 'ਤੇ ਬਿੱਲ ਆਉਂਦੇ, ਮੇਰੇ ਬਿੱਲ ਹੈਗੇ ਟੈਕਸ। ਹਾਂ, ਰਜਿਸਟਰੀ ਮੈਂ ਦਿਖਾ ਸਕਦਾ।